ਸਤਨਾਮ ਵਾਹਿਗੁਰੂ ਸਾਹਿਬ ਜੀਓ ਗੋਂਡ ਮਹਲਾ ਪੰਜਵਾਂ ਨਾਮ ਨਿਰੰજન ਨੀਰ ਨਰਾਇਣ ਹਰਸ ਨਾ ਸਿਮਰਤ ਪਾਪ ਬਿਲਾਇਣ ਨਾਮ ਨਿਰੰજન ਨੀਰ ਨਾਰਾਇਣ ਹਰਸ ਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਕਟ ਕਟ ਪ੍ਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਹਾਂ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਪਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੂਖ ਆਨੰਦ ਨਾਰਾਇਣ ਪ੍ਰਗਟ ਕਿਨੋ ਪਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾ ਰੰਗ ਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਯ ਗੋਚਰ ਗੁਰ ਮਿਲ ਰਹੀ ਨਾਰਾਇਣ ਯੋਟ ਨਾਨਕ ਦਾਸ ਗਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਗੋ ਟਕ ਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਅਪਾਰ ਬਖਸ਼ਿਸ਼ ਟਲ ਦੀ ਸ਼ਾਮ ਸਤਸੰਗਤ ਦਾ ਸਮਾਂ ਸੀ ਪ੍ਰਾਪਤ ਕੀਤਾ ਹੈ ਗੁਰੂ ਹਜ਼ੂਰੀ ਨੂੰ ਮਾਣ ਰਹੇ ਆਂ ਗੁਰਦਰਬਾਰ ਦੀ ਆਭਾ ਵਿੱਚ ਸ੍ਰਿਤ ਨੂੰ ਸ਼ਬਦ ذریعے ਮੰਡਿਤ ਕਰਦਿਆਂ ਹੋਇਆਂ ਅਲਾਹੀ ਕੀਰਤਨ ਦੇ ਨਾਲ ਸਾਂਝ ਪਾ ਰਹੇ ਸੀ ਹੁਣ ਸਮਾਂ ਬਣਿਆ ਗੁਰ ਸ਼ਬਦ ਵਿਆਖਿਆਨ ਦਾ ਜਿਸ ਵਿੱਚ ਰਾਗ ਗੌਂਡ ਦੇ ਉਪਦੇਸ਼ ਅਸੀਂ ਵਿਚਾਰ ਰਹੇ ਹਾਂ ਗੁਰੂ ਅਰਜਨ ਸਾਹਿਬ ਪੰਚਮ ਪਾਤਸ਼ਾਹ ਨਾਮ ਬਚਨਾਂ ਨੂੰ ਉਚਰਿਤ ਕਰ ਰਹੇ ਨੇ ਬਚਨ ਆਪ ਨੇ ਸਰਵਨ ਕੀਤਾ ਹੈ ਚਉਪਦਿਆਂ ਦਾ ਵਾਕ ਐਜ਼ ਯੂਜ਼ਵਲ ਬੰਤਰਜਵੇਂ ਅਸੀਂ ਪਿਛਲੇ ਬਚਨਾਂ ਚ ਵਿਚਾਰੀ ਹੈ ਬਿਲਕੁਲ ਜੜੀਆਂ ਸ਼ੁਰੂਆਤੀ ਸਤਰਾ ਨੇ ਰਹਾਉ ਦੀਆਂ ਨੇ ਇੱਥੋਂ ਹੀ ਅਸੀਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ ਗੁਰੂਦੇਵ ਜ਼ਿਕਰ ਕਰਦੇ ਨੇ ਨਾਮ ਨਿਰੰજન ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਉਣ ਨਾਮ ਨਿਰੰਜਨ ਨੀਰ ਨਰਾਇਣ ਨੀਰ ਪਾਣੀ ਦਾ ਪ੍ਰਾਇਵਾਚੀ ਹੈ ਜਿਸ ਨੂੰ ਅਸੀਂ ਸਿਨੋਨਿਮ ਕਹਿੰਦੇ ਆ ਇੰਗਲਿਸ਼ ਤੇ ਵਿੱਚ ਪਾਣੀ ਜਲ ਨੀਰ ਆਬ देयर ਸੋ ਮੈਨੀ ਡਿਫਰੈਂਟ ਐਕਚੁਅਲੀ ਜਿਹੜੇ ਨੂੰ ਉਸ ਤਰੀਕੇ ਨਾਲ ਵਰਡਸ ਯੂਜ਼ ਕੀਤੇ ਜਾਂਦੇ ਫਿਰ ਨਾਮ ਨੂੰ ਨੀਰ ਨਾਲ ਤੇ ਨਰਾਇਣ ਦੇ ਨਾਮ ਨੂੰ ਨੀਰ ਨਾਲ ਤਸ਼ਬੀਹ ਦਿੱਤੀ ਹੈ ਬਾਣੀ ਨੂੰ ਲਗਾਤਾਰ ਪਠਨ ਪਾਠਨ ਚ ਕਰਾਂਗੇ ਬੈਕ ਐਂਡ ਫੋਰਥ ਕਰਕੇ ਅੰਡਰਸਟੈਂਡ ਕਰਨ ਦੀ ਟਰਾਈ ਕਰਾਂਗੇ ਚੀਜ਼ਾਂ ਆਸਾਨੀ ਨਾਲ ਸਮਝ ਆ ਜਾਣਗੀਆਂ ਆਪਾਂ ਜਪਜੀ ਸਾਹਿਬ ਦੀ ਬਾਤ ਹੀ ਕਰਦੇ ਆਂ ਬਾਬਾ ਜੀ ਨੇ ਸਾਡੇ ਰੈਸ਼ਨਲ ਮਾਈਂਡ ਨੂੰ ਸਾਡੀ ਤਰਕਸ਼ੀਲਤਾ ਨੂੰ ਤਾਰਕਿਕ ਪ੍ਰਵਿਰਤੀ ਨੂੰ ਉਜਾਗਰ ਕਰਦਿਆਂ ਹੋਇਆਂ ਥੌਟ ਪ੍ਰੋਵੋਕਿੰਗ ਕੀਤੀ ਸਾਡੀ ਕਿਹਾ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਤੋਤੈ ਉਤਰਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਇਹਦੀ ਵਿਆਖਿਆ ਅਸੀਂ ਅਕਸਰ ਗਾਹੇ ਬਗਾਹੇ ਬਚਨਾਂ ਦੀ ਕਰਦੇ ਆ ਮੇਰੇ ਬੜੇ ਪਿਆਰੇ ਸੱਜਣ ਨੇ ਸਾਕਟਿਸ ਨੇ ਅਕਸਰ ਡਿਸਕਸ਼ਨਸ ਹੁੰਦੀਆਂ ਡਿਫਰੈਂਟ ਡਿਫਰੈਂਟ ਟੌਪਿਕਸ ਦੇ ਉੱਤੇ ਆ ਬਾਤ ਦੱਸਦੇ ਗੁਰਬਾਣੀ ਦੀ ਕਥਾ ਰੂਟੀਨ 'ਚ ਸੁਣਦੇ ਹੋ ਉਹ ਮੈਨੂੰ ਕਹਿੰਦੇ ਵੀ ਮੈਂ ਤੁਹਾਡੀ ਐਗਜ਼ਾਮਪਲ ਆਪਣੇ ਕਲਾਇੰਟਸ ਨਾਲ ਅਕਸਰ ਯੂਜ਼ ਕਰਦਾ ਵੱਖਰੀਆਂ ਵੱਖਰੀ ਰੂਪ ਵਿੱਚ ਤੇ ਇੱਕ ਦਿਨ ਐਗਜ਼ਾਮਪਲ ਦੇਣ ਲੱਗੇ ਦੱਸਦੇ ਕਿੰਦੇ ਮੇਰੇ ਕੋਲ ਇੱਕ ਫ੍ਰੈਂਚ ਲੇਡੀ ਆਈ ਸ਼ੀ ਵਾਸ ਵੈਰੀ ਅ ਇਨ a good way ਬਟ a sensible way ਡਰੈਸਡ ਅਪ ਐਂਡ ਸ਼ੀ ਵਾਸ ਵੈਰੀ ਗੁੱਡ ਵਿਦ ਵਿਦ good physical appearance the all branded clothing and everything was there but somehow she was struggling with her mental issues to har galla baatan karan lag gayi bahut sariyan galla hoyian odech main by chance kehnde tohar example jehdi mainu ekdam appeal kiti te main ohde naal gall kiti main anu keha ki tere ah jehde wall ne ਇਹ ਬੜੇ ਚਮਕਦੇ ਨੇ ਬੜੇ ਇੰਜ ਲੱਗਦਾ ਜਿਵੇਂ ਰੇਸ਼ਮੀ ਹੁੰਦੇ ਨੇ ਇਸ ਤਰੀਕੇ ਦੇ ਨਾਲ ਤੂੰ ਕਹੋ ਜੇ ਸ਼ੈਂਪੂ ਵਗੈਰਾ ਯੂਜ਼ ਕਰਦੀ ਹੋ ਕੋਈ ਨਹੀਂ ਆਰਡੀਨਰੀ ਸ਼ੈਂਪੂ ਨਹੀਂ ਹੈਗਾ ਜੀ ਬਹੁਤ ਮਹਿੰਗਾ ਸ਼ੈਂਪੂ ਹੈ ਆਹ ਵਾਲਾ ਸ਼ੈਂਪੂ ਹੈ ਆਹ ਵਾਲਾ ਕੰਡੀਸ਼ਨਰ ਹੈ ਇਸ ਤਰ੍ਹਾਂ ਦਾ ਆਇਲ ਹੈ ਜੈਲ ਹੈ ਬੜਾ ਸਾਰੇ ਪ੍ਰੋਡਕਟ ਉਹਨੇ ਮੈਨੂੰ ਗਣਾ ਦਿੱਤੇ ਮੈਂ ਕਿਹਾ ਵੀ ਕਹਿੰਦੇ ਮੈਨੂੰ ਤਾਂ ਪਸੰਦ ਮੈਨੂੰ ਤਾਂ ਨਾਮ ਆਦਾ ਵੀ ਨਹੀਂ ਪਤਾ ਸਾਰੇ ਬੋਲਦ ਮੈਂ ਠੀਕ ਹੈ ਮੈਂ ਤੂੰ ਜੇ ਆਪਣੇ ਕੇਸ ਧੋਣ ਤੇ ਇੰਨੇ ਸ਼ੈਂਪੂ ਤੇ ਇੰਨੇ ਯੂਜ਼ ਕਰਦੀ ਏ ਹਬਟ ਬਾਤ ਉਹ ਕਹਿੰਦੀ ਤੇ ਭੁੱਲੀ ਜਾਂ ਤੂੰ ਮੈਂ ਨਹੀਂ ਆਰਡੀਨਰੀ ਜਿਹੜਾ ਹੈਗਾ ਕੋਈ ਬਾਡੀ ਵਾਸ਼ ਯਾ ਉਸ ਤਰੀਕੇ ਨਾਲ ਯੂਜ਼ ਕਰਦੀ ਬੈਸਟ ਤੋਂ ਬੈਸਟ ਆ ਵਾਲਾ ਸਪੈਸੀਫਿਕਲੀ ਕੁਝ ਚੀਜ਼ਾਂ ਜਿੰਦ ਮੈਂ ਫਰਾਂਸ ਤੋਂ ਜਦੋਂ ਜਾਵਾਂ ਉਹ ਤੋਂ ਲੈ ਕੇ ਆਉਣੀ ਆ ਜਿਹੜੇ ਬਾਡੀ ਪ੍ਰੋਡਕਟ ਉਸ ਕਿਸਮ ਦੇ ਯੂਜ਼ ਕਰਨ ਵਾਸਤੇ ਉਹ ਕਹਿੰਦੀ ਇਟ ਮੇਕਸ ਸੈਂਸ ਠੀਕ ਹੈ ਬਿਲਕੁਲ ਕਹਿੰਦੇ ਵੀ ਚਲੋ ਜੇ ਗੱਲ ਚੱਲੀ ਹੈ ਤੇ ਫਿਰ ਲਾਂਡਰੀ ਤੇ ਤੂੰ ਸਾਡੇ ਕੈਨੇਡੀਅਨ ਸੋਪਸ ਨਾਲ ਹੀ ਕਰਦੀ ਹੋਏਂਗੀ ਨਾ ਜਿਹੜੇ ਆਮ ਆਰਡੀਨਰੀ ਸੋਪ ਮਿਲਦੇ ਨੇ ਉਹ ਕਹਿੰਦੀ ਨਹੀਂ 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 ਇੰਦੀਏ ਤੇ ਬਲਕਿ ਤੇ ਬਹੁਤ ਜ਼ਿਆਦਾ ਤੇ ਕੱਪੜੇ ਦਾ ਵੀ ਨੁਕਸਾਨ ਹੈ ਤੇ ਸਰੀਰ ਦਾ ਵੀ ਨੁਕਸਾਨ ਹੁੰਦਾ ਮੈਂ ਤੇ ਲਾਂਡਰੀ ਵਾਸਤੇ ਸਪੈਸ਼ਲ ਸੋਪ ਤੇ ਸਪੈਸ਼ਲ ਜਿਹੜੇ ਨੇ ਫਾਈਬਰ ਜਿਹੜੇ ਖਾਸ ਕਰਕੇ ਸੌਫਟਨਰ ਹੁੰਦੇ ਨੇ ਉਹ ਯੂਜ਼ ਕਰਦੀਆਂ ਸਾਰੇ ਦੇ ਸਾਰੇ ਇਸ ਤਰੀਕੇ ਨਾਲ ਸਾਰੀ ਬਾਤ ਹੋਈ ਕਿੰਨੇ ਮੈਂ ਕਿਹਾ ਵੀ ਠੀਕ ਹੈ ਹੁਣ ਬਾਤ ਤਰੀ ਪਕੜ ਚ ਆ ਗਈ ਹੁਣ ਮੈਂ ਤੈਨੂੰ ਦੁਹਰਾ ਕੇ ਮੱੜ ਜਾ ਪੁੱਛ ਲਵਾਂ ਵੀ ਤੂੰ ਸਿਰ ਧੋਣ ਵਾਸਤੇ ਆ ਵਾਲਾ ਸ਼ੈਂਪੂ ਯੂਜ਼ ਕਰਦੀ ਐ ਤੂੰ ਕੱਪੜੇ ਧੋਣ ਵਾਸਤੇ ਆਹ ਵਾਲਾ ਲਾਂਡਰੀ ਸੋਪ ਯੂਜ਼ ਕਰਦੀ ਐ ਤੂੰ ਨਹਾਉਣ ਵਾਸਤੇ ਆਹ ਵਾਲਾ ਬਾਡੀ ਵਾਸ਼ ਯੂਜ਼ ਕਰਦੀ ਐ ਠੀਕ ਕਹਿੰਦੀ ਹਾਂ ਠੀਕ ਕਿਤੇ ਮੇਰਾ ਸਵਾਲ ਇਹ ਐ ਕਿ ਮਨ ਧੋਣ ਵਾਸਤੇ ਕਿਹੜਾ ਸੋਪ ਯੂਜ਼ ਕਰਦੀ ਐ ਉਹ ਕਹਿੰਦੇ ਉਹ ਕਹਿੰਦੀ ਵੀ ਵਟ ਆਰ ਯੂ ਟਾਕਿੰਗ ਅਬਾਊਟ ਮੈਂ ਕਹ ਜੀ ਸਿੰਪਲ ਚੀਜ਼ ਐ ਦੇਖਣਾ ਇੰਨਾ ਖਿਆਲ ਰੱਖ ਰਹੀ ਐ ਵਾਲਾਂ ਦਾ ਬਾਡੀ ਦੀ ਸਕਿਨ ਦਾ ਕੱਪੜਿਆਂ ਦਾ ਹੱਬਟ ਮਨ ਉਹ ਕਹਿੰਦੇ ਉਹਨੂੰ ਕੋਈ ਉਸ ਬਿਲਕੁਲ ਸਟਕ ਹੋ ਗਈ ਉਹ ਕਹਿੰਦੀ ਯੂ ਗਾਟ ਮੀ ਰਾਈਟ ਵਾਕਿਆ ਚ ਇਹਦੇ ਬਾਰੇ ਤੇ ਕਦੇ ਧਿਆਨ ਵੀ ਨਹੀਂ ਦਿੱਤਾ ਐਕਚੁਅਲ ਲੈਵਲ ਤੇ ਦੇਖਿਆ ਜਾਏ ਤੇ ਅਸੀਂ ਸਾਰਾ ਬਾਹਰ ਹੀ ਧੋ ਰਹੇ ਆ ਬਾਬਾ ਜੀ ਬਿਆਨ ਕਰਦੇ ਕਿ ਜਲ ਤੋਂ ਵੈ ਬਹੁਤ ਦੇ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਬੰਦਾ ਜਲ ਧੋਏ ਬਹੁਦੇ ਅਨੀਤ ਇਸ ਨੂੰ ਬੜੇ ਵੱਖਰੇ ਵੱਖਰੇ ਤਰੀਕਿਆਂ ਨਾਲ ਧੋਂਦਾ ਆ ਵੱਖਰੇ ਵੱਖਰੇ ਪਾਣੀ ਸੌਫਟਨਰ ਯੂਜ਼ ਕਰਦਾ ਇਸ ਤਰੀਕੇ ਨਾਲ ਕਰਦਾ ਪਰ ਸੁਧ ਕਾਹ ਹੋਏ ਕਾਚੀ ਢੀਂਤ ਫਿਰੇ ਕੱਚੀ ਕੰਦਿਆ ਗਾਰੇ ਦੀ ਮਿੱਟੀ ਬਣੀ ਮਿੱਟੀ ਦੀ ਬਣੀ ਹੋਈ ਗਾਰੇ ਦੀ ਬਣੀ ਹੋਈ ਵਾਲ ਆ ਤੇ ਇਹ ਫਿਰ ਉਸੇ ਤਰ੍ਹਾਂ ਮੈਲ ਉਗੜੀ ਜਾਂਦੀ ਮੁੱਕ ਥੋੜਾ ਗਈ ਮੈਲ ਕੋਈ ਪਰ ਬੰਦੇ ਸੋਚ ਜੇ ਮਨ ਤੋਂ ਨਾ ਹੋਏ ਤੇ ਕਿਹੜਾ ਨੀਰ ਚਾਹੀਦਾ ਹੈ ਕਿਹੜਾ ਸੋਪ ਚਾਹੀਦਾ ਹੈ ਕਦੀ ਉਹਦੇ ਬਾਰੇ ਵੀ ਸੋਚ ਬਾਬਾ ਜੀ ਸਾਨੂੰ ਐਕਚੁਅਲ ਲੈਵਲ ਤੇ ਸਾਡੀ ਥਾਟ ਪ੍ਰੋਵੋਕਿੰਗ ਕਰ ਰਹੇ ਨੇ ਮਹਾਰਾਜ ਬਿਆਨ ਕਰਦੇ ਮੰਨਿਆ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ ਉਸ ਪਾਣੀ ਦਾ ਤੇ ਪਤਾ ਜਿਸ ਪਾਣੀ ਨਾਲ ਸਾਡੇ ਹੱਥ ਧੁੱਪ ਕੇ ਤੇ ਹੱਥਾਂ ਦੀ ਮਿੱਟੀ ਲਹਿ ਜਾਂਦੀ ਉਹ ਸਾਬਣ ਦਾ ਵੀ ਪਤਾ ਜਿਹੜੇ ਸਾਬਨ ਨਾਲ ਬਾਡੀ ਦੇ ਜਿਹੜਾ ਸਰੀਰ ਤੇ ਕੱਪੜਿਆਂ ਦੇ ਉੱਤੇ ਜਿਹੜਾ ਬਾਡੀ ਆਰਡਰ ਜਾਂਦਾ ਉਹਨੂੰ ਅਸੀਂ ਮੂਤ ਪੁਲੀਤੀ ਕੱਪੜ ਹਾਂ ਨੂੰ ਵਿੱਚੋਂ ਧੋ ਲੈਂਦੇ ਸਾਫ਼ ਕਰ ਲੈਂਦੇ ਪਰ ਸਾਨੂੰ ਤੇ ਇਹਦਾ ਤੇ ਅਹਿਸਾਸ ਹੈ ਨਾ ਭਰੀਏ ਮਤ ਪਾਪਾਂ ਕੇ ਸੰਗ ਆਖਰਕਾਰ ਮਤ ਤੇ ਪਾਪਾਂ ਦਾ ਸੰਗ ਇੱਥੇ ਬਚਨ ਆ ਰਿਹਾ ਨਾ ਰਸਨਾ ਸਿਮਰਤ ਪਾਪ ਬਲਾਉਣ ਵੀ ਪਾਪਾਂ ਦਾ ਸੰਗ ਤੇ ਹੋ ਹੀ ਰਿਹਾ ਉਹਦੇ ਵਿੱਚ ਉਹੋ ਜੀਆਂ ਚੀਜ਼ਾਂ ਥੌਟਸ ਵਗੈਰਾ ਉਹ ਭਰਲੇ ਸਾਰੇ ਉਹਨੂੰ ਕਿਵੇਂ ਧੋਏਗਾ ਉਦੇ ਵਾਸਤੇ ਕਿਹੜਾ ਸਾਬਣ ਤੇ ਕਿਹੜਾ ਪਾਣੀ ਇਸਤੇਮਾਲ ਕਰੇਗਾ। ਬਣੇ ਗੁਰੂ ਮਹਾਰਾਜ ਸਾਨੂੰ ਰੈਸ਼ਨਲ ਵੇ ਨਾਲ ਸੋਚਣ ਲਈ ਮਜਬੂਰ ਕਰਦੇ। ਅੱਜ ਜੋ ਬਚਨ ਆ ਰਿਹਾ ਨਾ ਨਾਮ ਨਿਰੰਜਨ ਨੀਰ ਨਰਾਇਣ ਨਰਾਇਣ ਮਨੁੱਖਾਂ ਵਾਸਤੇ ਨਰ ਆਉਣ ਮਨੁੱਖਾਂ ਵਾਸਤੇ ਜਿਹਦੀ ਆਮਦ ਹੋਈ ਉਹ ਪਤਾ ਕਿਹੜਾ ਆ ਨਾਮ ਨਿਰੰਜਨ ਜਿਹੜਾ ਨਿਰੰਜਨ ਦਾ ਨਾਮ ਆ ਨਿਰੰਜਨ ਦੋ ਲਫ਼ਜ਼ਾਂ ਦੇ ਸੁਮੇਲ ਨਾਲ ਬਣਿਆ ਇੱਕ ਲਫ਼ਜ਼ ਆ ਅੰਜਨ ਪਲਸ ਨਿਰ ਵਿਦਆਊਟ ਅੰਜਨ ਕਹਿੰਦੇ ਨੇ ਕਾਲਖ ਨੂੰ ਕਾਲਖ ਜਿਵੇਂ ਗਿਆਨ ਅੰਜਨ ਗੁਰਦੀਆ ਸੁਰਮਾ ਕਾਲਖ ਕਜਲਾ ਇਸ ਤਰ੍ਹਾਂ ਜਾਣੋ ਇਹ ਸੰਸਾਰ ਕਜਲ ਦੀ ਕੋਠੜੀ ਹੈ ਇਹਦੇ ਵਿੱਚ ਬੰਦਾ ਮਤਲਬ ਕਿਸੇ ਰੂਪ ਦੇ ਵਿੱਚ ਵਿਚਰੇ ਅੰਜਨ ਕਾਲਖ ਲੱਗੇਗੀ ਕਾਲਖ ਦਾ ਵਰਤਾਉ ਰਹੇਗਾ ਇੱਥੇ ਇਸ ਰੂਪ ਵਿੱਚ ਜਾਣੀਏ ਕਿ ਆਪ ਚੰਗੇ ਤੋਂ ਚੰਗਾ ਕੰਮ ਵੀ ਕਰੋ ਕਾਵੀ ਸੰਸਾਰ ਨੂੰ ਡਾਈਜੈਸਟ ਨਹੀਂ ਹੁੰਦਾ ਉਹ ਫਿਰ ਕੁਝ ਨਾ ਕੋਈ ਲਾਂਚਨ ਲਾ ਦਿੰਦਾ ਜਦ ਲਾਂਚਨ ਲੱਗਦਾ ਜਦੋਂ ਕਿਸ ਤਰੀਕੇ ਨਾਲ ਕੋਈ ਬਲੇਮ ਲਾਂਦਾ ਆ ਕੋਈ ਵੈਸੇ ਹੀ ਕੋਈ ਜੱਜ ਕਰਦਾ ਬੰਦਾ ਮਨ ਦੁਖਦਾ ਬੰਦਾ ਕਹਿੰਦਾ ਅੱਛਾ ਮੈਨੂੰ ਇਸ ਨੇ ਇਸ ਤਰ੍ਹਾਂ ਜੱਜ ਕੀਤਾ ਨਾ ਇਸ ਤਰ੍ਹਾਂ ਕਿਹਾ ਹੁਣ ਮੈਂ ਮੈਂ ਬਾਉਂਸ ਬੈਕ ਕਰਾਂਗਾ ਮੈਂ ਵੀ ਐਵੇਂ ਕਰਾਂਗਾ ਆਇਆ ਕਾਲਖ ਨਾਲ ਖੇਡਣ ਵਾਲੇ ਲੋਕ ਇੱਕ ਚਿੱਕੜ ਦੂਜੇ ਤੇ ਸੱਟਦਾ ਦੂਜਾ ਕਹਿੰਦਾ ਅੱਛਾ ਮੇਰੇ ਤੇ ਸੱਟਿਆ ਹੁਣ ਬਚ ਕੇ ਰਹੀਂ ਪਹਿਲਾਂ ਤਾਂ ਮੈਂ ਬੇਦਾਗੀ ਸੀਗਾ ਚਿੱਕੜ ਕੋਈ ਨਹੀਂ ਸੀ ਹੁਣ ਹੁਣ ਆਪਾਂ ਨੂੰ ਤੇ ਲੱਗ ਗਿਆ ਚਿੱਕੜ ਹੁਣ ਤੈਨੂੰ ਬੇਦਾਗ ਨਹੀਂ ਰਹਿਣ ਦੇਣਾ ਚਲੋ ਚਿੱਕੜ ਚੱਕ ਕੇ ਉੱਤੇ ਸੱਟ ਦਿਓ ਅਜੀਬ ਚਿੱਕੜ ਦੀ ਖੇੜੇ ਅੰਜਣ ਆ ਸਾਰਾ ਇਹ ਸਾਰੀ ਕੱਜਲ ਦੀ ਕੋਠੜੀ ਐ ਬਸ ਮੇਨੇ ਪੜ ਲਓ ਇੱਕ ਦੂਜੇ ਤੇ ਇਲਜ਼ਾਮ ਲਾ ਲਓ ਗਾਲਾਂ ਕੱਢ ਲਓ ਬੁਰਾ ਕਰ ਲਓ ਨਿੰਦਿਆ ਕਰ ਲਓ ਵਖੀਲਗੀ ਇਹ ਹੀ ਸਾਰਾ ਕੁਝ ਤੇ ਫਿਰ ਇਸ ਸਾਰੇ 'ਚ ਜੇ ਕਿਤੇ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੇ ਚੰਗਾ ਦਿਸੇ ਬੰਦਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਵੀ ਇਹ ਜ਼ਰੂਰ ਗੜਬੜਾ ਕੁਛ ਨਾ ਕੁਛ ਜ਼ਰੂਰ ਇੱਥੇ ਕਾਲਾਪਣ ਐਵੇਂ ਹੋ ਨਹੀਂ ਸਕਦਾ ਮੇਰੇ ਇੱਕ ਮਿੱਤਰ ਹੈਗੇ ਨੇ ਬੜੇ ਪਿਆਰੇ ਉਹਨਾਂ ਨੇ ਇੱਕ ਦਿਨ ਖੁਦ ਬਾਤ ਦੱਸੀ ਜਿੰਨੀ ਕਿ ਮੈਨੂੰ ਯਾਦ ਪੈਂਦੀ ਏ ਉਹ ਕਹਿਣ ਲੱਗੇ ਕਿ ਮੇਰੇ ਕੋਲ ਹੋਰ ਤੇ ਬਹੁਤਾ ਕੁਝ ਹੋ ਮਤਲਬ ਮੈਂ ਸੈਲ ਸੋਸਾਇਟੀ ਨਾ ਕਰ ਪਾਵਾਂ ਤੇ ਮੈਂ ਆ ਮਕੈਨਿਕ ਤੇ ਮੈਨੂੰ ਮਤਲਬ ਜੌਬ ਕਿਤੇ ਵਧੀਆ ਜਗ੍ਹਾ ਤੇ ਮਿਲ ਗਈ ਏ ਤੇ ਮੈਂ ਹੁਣ ਆਪਣੀ ਪ੍ਰਾਈਵੇਟ ਪ੍ਰੈਕਟਿਸ ਵਗੈਰਾ ਤੇ ਕਰਦਾ ਨਹੀਂ ਨਾਮ ਹੈ ਉਸ ਤਰੀਕੇ ਨਾਲ ਕਿਤੇ ਗਰਾਜ ਕੰਮ ਕਰਦਾ ਪਰ ਮੈਂ ਸੋਚਦਾ ਵੀ ਜੇ ਕਿਸੇ ਨੂੰ ਕੋਈ ਕਾਰ ਦਾ ਮਕੈਨਿਕਲ ਇਸ਼ੂ ਹੋਏ ਕੋਈ ਕਹਾਂ ਸੱਡੀਆਂ ਇੱਥੇ ਕਹ ਲੋ ਕੀ ਸਾਡੀ ਮੂਵਮੈਂਟ ਦਾ ਮੇਨ ਪਾਰਟ ਹੀ ਉਹਨੇ ਸਾਡੀਆਂ ਕਾਈਂਡ ਆਫ ਲੱਤਾਂ ਅਸੀਂ ਕਹਿੰਦੇ ਆ ਉਹਨਾਂ ਨੂੰ ਆਪਣੀਆਂ ਉਸ ਰੂਪ ਵਿੱਚ ਸਾਡਾ ਔਰ ਫੀਟ ਸਾਰਾ ਔਰ ਕਾਰਸ ਤੇ ਕਹਿੰਦੇ ਗਾਹੇ-ਬਗਾਹੇ ਲੋੜ ਰਹੀਂਦੀ ਏ ਤੇ ਮੈਂ ਆਲੇ-ਦੁਆਲੇ ਕੁਝ ਲੋਕਾਂ ਨੂੰ ਕਹਿ ਦਿੰਨਾ ਕਿ ਭਾਈ ਗੱਲ ਇਹ ਐ ਕਿ ਜੇ ਕਿ ਤੁਹਾਨੂੰ ਕਾਰ ਨਾਲ ਕੋਈ ਇਸ਼ੂ ਆਵੇ ਤੇ ਮੈਂ ਦੇਖੋ ਫਿਕਸ ਤੇ ਨਹੀਂ ਕਰਾਂ ਠੀਕ ਤੇ ਨਹੀਂ ਕਰਾਂਗਾ ਪਰ ਹਾਂ ਮੈਂ ਤੁਹਾਨੂੰ ਡਾਇਗਨੋਸ ਕਰ ਦਿਆਂ ਕਰਾਂ ਕਿ ਤਾਂ ਕਿ ਤੁਹਾਨੂੰ ਕੋਈ ਮਕੈਨਿਕ ਗਲਤ رائے ਨਾ ਦੇ ਠੱਗ ਨਾ ਲਏ ਕੁਛ ਨਾ ਕਰੇ ਇਸ ਰੂਪ ਦੇ ਵਿੱਚ ਤੇ ਤੁਹਾਨੂੰ ਥੋੜੀ ਮੈਂ ਡਾਇਗਨੋਸ ਕਰਕੇ ਫ੍ਰੀ ਆਫ ਕੋਸਟ ਜਿਹੜੀ ਉਹ ਐਡਵਾਈਸ ਦੇ ਦੇਵਾਂਗਾ ਜਾਂ ਕਿਤੇ ਦੱਸ ਦੇਵਾਂਗਾ ਵੀ ਕਿਹੜੀ ਗਰਾਜ ਤੇ ਕਿੱਥੇ ਜਾ ਸਕਦੇ ਹੋ ਤੁਸੀਂ ਖੈਰ ਉਹ ਦੋ ਚਾਰ ਬੰਦਿਆਂ ਨੇ ਉਹਨੇ ਵਿਚਾਰਨੇ ਕੀਤਾ ਆਪਣਾ ਟਾਈਮ ਕੱਢ ਕੇ ਉਸ ਰੂਪ ਦੇ ਵਿੱਚ ਤੇ ਮੇਰੇ ਖਿਆਲ ਦੇ ਅਸ ਤੱਕ ਮੈਨੂੰ ਯਾਦ ਪੈਂਦਾ ਕਿ ਇੱਕ ਕਦੇ ਸ਼ਖਸ ਨੇ ਜਦੋਂ ਇਹੋ ਜੀ ਬਾਤ ਹੋਈ ਤੇ ਉਹ ਸ਼ਖਸ ਉਹ ਬਾਲੇਦਵਾਲੇ ਕਿਤੇ ਮਾਊਥ ਆਫ ਵਰਡਸ ਜਿਹੜੇ ਹੁੰਦੇ ਆ ਉਹਨਾਂ ਬਾਰੇ ਕਿਹਾ ਵੀ ਉਹਦਾ ਕੋਈ ਆਪਣਾ ਲਾਲਚ ਆ ਉਹ ਕਿਸੇ ਗਰਾਜ ਵਾਲੇ ਨਾਲ ਮਿਲਿਆ ਆ ਇਸ ਤਰੀਕੇ ਨਾਲ ਉਹ ਸਾਰੀ ਜਦੋਂ ਖਬਰ ਵਾਪਸ ਪਹੁੰਚੀ ਨਾ ਉਹਦੇ ਕੋਲ ਬੜਾ ਮਨ ਦੁਖਿਆ ਉਹ ਮਾਈ ਗੋਡ ਮੈਂ ਮੈਂ ਤੇ ਆਪਣਾ ਟਾਈਮ ਵੀ ਕੱਢ ਰਿਆਂ ਆਪਣੇ ਕੋਲੋਂ ਤੇ ਇਹ ਕੀ ਬਣਿਆ ਆ ਇਹ ਭਾਈ ਅੰਜਨ ਆ ਸੰਸਾਰ ਵਿੱਚ ਨਿਕਲੇਗਾ ਸੰਸਾਰ ਅੰਜਨ ਕਾਲਖ ਲਗਾਏਗਾ ਜਿਹੜੀ ਅਸੀਂ ਸਾਖੀਆਂ ਪੜਦੇ ਆ ਨਾ ਗੁਰੂ ਨਾਨਕ ਮਹਾਰਾਜ ਹੱਥ ਦੇ ਵਿੱਚ ਕੋਲਾ ਲੋਟਾ ਫੜਿਆ ਆ ਤੇ ਚਿੱਕੜ ਜ ਛੱਡ ਦਿੱਤਾ ਤੇ ਕਹਿਆ ਬਾਬਾ ਸ਼੍ਰੀ ਚੰਦ ਜੀ ਨੂੰ ਜਾਓ ਚਿੱਕੜ ਜੋ ਕੱਢ ਲਿਓ ਗਾਬ ਵਿੱਚੋਂ ਉਹ ਕਹਿੰਦਾ ਪਿਤਾ ਜੀ ਕਿਹੜੀਆਂ ਗੱਲਾਂ ਕਰਦੇ ਹੋ ਐਡੇ ਸੋਹਣੇ ਲਿਬਾਜ਼ ਪਾਏ ਨੇ ਲੱਠੇ ਵਰਗੇ ਚਿੱਟੇ ਰੰਗ ਦੇ ਚੰਗਾ ਲੱਗਦਾ ਆ ਕਿਸੇ ਹੋਰ ਨੂੰ ਕਹਿਦੇ ਵਾਲੇ ਦੁਆਲੇ ਬਾਬਾ ਲਖਮੀ ਦਾਸ ਨੂੰ ਕਹਿਆ ਬੇਟਾ ਤੂੰ ਹੀ ਕੱਢ ਲਿਆ ਉਗਨ ਨਈ ਨਹੀਂ ਪਤਾ ਜੀ ਨਹੀਂ ਇਹ ਚਿੱਕੜ ਆ ਪਤਾ ਕਿੰਨਾ ਚਿੱਕੜ ਚ ਕੌਣ ਜਾਏਗਾ ਭਾਈ ਲੈਣਾ ਜਿੰਨੂੰ ਕਿਹਾ ਲੈਣਿਆ ਤੂੰ ਕੱਢ ਗਏ ਚਲੇ ਗਏ ਰਾਈਟ ਵੇ ਘੱਟਦੇ ਸਾਰੇ ਚਿੱਕੜ ਨਾਲ ਲਿਬੜ ਗਏ ਹੁਣੇ ਜਿਹੜਾ ਰੂਪ ਆ ਹੈ ਤੇ ਸਾਖੀ ਪਰ ਸਿੰਬੋਲਿਕ ਹੀ ਇਹਦੇ ਚ ਸੰਸਾਰ ਕੱਜਲ ਦੀ ਕੋਠੜੀ ਹੈ ਚਿੱਕੜ ਹੈ ਇਹਦੇ ਚ ਜੇ ਕੋਈ ਚੰਗਾ ਕੰਮ ਵੀ ਕਰੇਗਾ ਬਰਦਾਸ਼ ਥੋੜਾ ਹੋਏਗਾ ਗੁਰੂ ਅੰਗਦ ਸਾਹਿਬ ਤੇ ਰਹਾ ਆ ਤਪੇ ਨੇ ਗੁਰੂ ਅੰਗਦ ਸਾਹਿਬ ਦੀ ਕਿਤਨੀ ਵਿਰੋਧਤਾ ਕੀਤੀ ਉੱਥੇ ਮਹਾਰਾਜ ਦੇ ਖਿਲਾਫ ਲੋਕਾਂ ਨੂੰ ਪੜਕਾਇਆ ਸਭ ਕੁਝ ਜੋ ਪਰਉਪਕਾਰੀ ਹਸਤੀ ਉਸ ਨੂੰ ਵੀ ਲੋਕੀ ਜਿਹੜਾ ਉਸ ਰੂਪੇ ਜਿਉਣ ਨਾ ਦੇ ਇਹ ਅੰਜਨ ਹੈ ਪਰ ਗੁਰੂ ਸਾਹਿਬ ਨੇ ਦੱਸਿਆ ਨਾ ਭਾਈ ਇਸ ਤਰ੍ਹਾਂ ਆ ਜਦੋਂ ਸੰਸਾਰ ਵਿੱਚ ਵਿਚਰਨਾ ਆ ਤੇ ਅੰਜਨ ਦੇ ਵਿੱਚ ਨਿਰੰਜਨ ਜੇ ਸਾਹਮਣੇ ਵਾਲਾ ਜਿਵੇਂ ਤੁਹਾਡੀ ਪ੍ਰੋਵੋਕਿੰਗ ਕਰ ਰਿਹਾ ਜਿਵੇਂ ਤੁਹਾਨੂੰ ਜਿਹੜਾ ਹੈਗਾ ਬਿਹੇਵ ਕਰਾਉਣਾ ਚਾਹੁੰਦਾ ਜਿਵੇਂ ਕਰਨ ਲੱਗ ਗਏ ਤੁਸੀਂ ਤੇ ਫਿਰ ਫਰਕ ਕੀ ਰਹਿ ਗਿਆ ਫਰਕ ਤੇ ਇਹ ਹੈ ਕਿ ਤੁਸੀਂ ਉਤੋਂ ਡਿਫਰੈਂਟਲੀ ਬਿਹੇਵ ਕਰੋ ਮੈਂ ਇਸ ਹਫਤੇ ਕਿਸੇ ਦੇ ਨਾਲ ਬੱਚਿਆਂ ਦੀ ਕਮਿਊਨੀਕੇਸ਼ਨ ਤੇ ਗੱਲ ਕਰ ਰਿਹਾ ਸੀ ਬੱਚਿਆਂ ਦੀ ਕਮਿਊਨੀਕੇਸ਼ਨ ਚ ਮੋਸਟਲੀ ਹੁੰਦਾ ਮਾਪੇ ਅਗਰੈਸਿਵ ਹੋ ਜਾਂਦੇ ਅਗਰੈਸ਼ਨ ਮਾਪਿਆਂ ਵੱਲੇ ਪਾਸਿਓਂ ਜਿਹੜਾ ਹੈਗਾ ਉਹ ਬੱਚਾ ਸਪੋਜ਼ ਕਰੋ ਕੁਝ ਅਗਰੈਸਿਵ ਬਿਹੇਵੀਅਰ ਕਰ ਰਿਹਾ ਐ ਅਗਰੈਸ਼ਨ ਸ਼ੋਅ ਕਰ ਰਿਹਾ ਐ ਮਾਂ-ਬਾਪ ਵੀ ਉੱਥੇ ਆ ਜਾਂਦੇ ਫਿਰ ਲੱਗਦਾ ਐ ਜਿਹਦੀ ਆਵਾਜ਼ ਜ਼ਿਆਦਾ ਉੱਚੀ ਹੋਏਗੀ ਉਹ ਜੇਤੂ ਹੋਏਗਾ ਲੱਗ ਜਾਓ ਬਈ ਰੇਸ ਆ ਹੋ ਜੋ ਸ਼ੁਰੂ ਫਿਰ ਜਿਹੜਾ ਫਾਈਨਲ ਸੈਂਟੈਂਸ ਕਹੇਗਾ ਉਹਦੀ ਸੇ ਬਣੇਗੀ ਫਿਰ ਤੇ ਬਹਿਸ ਮੁਕਣੀ ਨਹੀਂ ਤੇ ਬੱਚਾ ਕਹੇਗਾ ਵੀ ਫਾਈਨਲ ਤੂੰ ਕਿਉਂ ਕਹਿੰਗਾ ਮੈਂ ਕਰਾਂਗਾ ਫਾਈਨਲ ਇਸ ਨੂੰ ਆਮ ਗੋਣਾ ਗਿਵ ਦ ਫਾਈਨਲ ਸਟੇਟਮੈਂਟ ਵਾਈ ਯੂ ਤੁਸੀਂ ਹੋ ਗਿਓਗਾ ਤੇਰੀ ਗੱਲ ਜੇ ਆਖਰੀ ਗੱਲ ਹੋ ਗਈ ਫਿਰ ਤੇਰੀ ਗੱਲ ਵੱਡੀ ਹੋ ਗਈ ਆਖਰੀ ਗੱਲ ਤੇ ਮੇਰੀ ਹੋਏਗੀ ਸੋ ਇਸ ਕਰਕੇ ਮੈਂ ਕਹਾਗਾ ਅਜੀਬ ਤਰ੍ਹਾਂ ਦੇ ਨਾਲ ਤੇ ਇਹਦਾ ਕੋਈ ਅੰਤ ਨਹੀਂ ਤੁਸੀਂ ਮਤਲਬ ਜਿਵੇਂ ਰੱਬ ਦਾ ਨਾਮ ਕਹਿੰਦੇ ਇਨਫਿਨਿਟੀ ਹੈਗਾ ਇਹ ਵੀ ਇਸੇ ਤਰੀਕੇ ਇਹਦੀ ਇਹਦੀ ਕੋਈ ਕੋਈ ਸਰਕਲ ਚ ਭੱਜੀ ਜਾਓ ساری ਉਮਰ ਭੱਜੀ ਜਾਓ ਮੁਕੇਗਾ ਥੋੜਾ ਕਿਤੇ ਮੁਕੇਗਾ ਤੇ ਉੱਥੇ ਜਾ ਕੇ ਜਿੱਥੇ ਕੋਈ ਬੰਦਾ ਗੋਲ ਰੱਖੇਗਾ ਏਮ ਰੱਖੇਗਾ ਇਹਮ ਗੋਲ ਕੀ ਹੈ ਗੋਲ ਇਹ ਹੈ ਕਿ ਆਪਾਂ ਕਿਸੇ ਚੀਜ਼ ਦੇ ਉੱਤੇ ਕਿਸੇ ਰਿਜ਼ਲਟਸ ਨੂੰ ਲੈ ਕੇ ਆਉਣਾ ਹੈ ਉਹਦੇ ਉੱਤੇ ਫੋਕਸ ਕੀਤਾ ਜਾਏ ਬੈਕ ਐਂਡ ਫੋਰਥ ਬਹਿਸ ਮਬਾਲਸੇ ਉਹ ਮੇਰੀ ਈਗੋ ਨੂੰ ਹਰਟ ਕਰੇਗਾ ਮੈਂ ਉਸ ਨੂੰ ਜਿਹੜਾ ਹੈਗਾ ਕੁਝ ਨਾ ਕੁਝ ਇਨਫੀਰੀਅਰ ਫੀਲ ਕਰਾਵਾਂਗਾ ਲੱਗੇ ਰੋ ਬਈ ਉਮਰਾਂ ਲੋਕੇ ਐਵੇਂ ਕੱਢ ਦਿੰਦੇ ਇਹੀ ਅੰਜਨ ਆ ਇਸ ਅੰਜਨ ਤੋਂ ਫਿਰ ਅੱਗੇ ਤੋਂ ਅੱਗੇ ਫਿਰ ਚੀਜ਼ਾਂ ਚੱਲਦੀਆਂ ਇਹਦੇ ਚੋਂ ਕਿਵੇਂ ਨਿਕਲੀਏ ਨਿਰੰਜਨ ਅੰਜਨ ਮਾਹੇ ਨਿਰੰਝਨ ਰਹੀ ਹੈ ਜੋਗ ਜੁਗਤ ਇਹ ਪਾਈ ਹੈ ਇਹ ਜੋਗ ਐਕਚੁਅਲੀ ਇਹ ਹੈ ਅਸਲ ਦੇ ਵਿੱਚ ਉਸ ਜੁੜਨ ਵਾਲੀ ਜੁਗਤ ਦਾ ਤਰੀਕਾ ਇਹਦੇ ਚ ਨਾਮ ਮਦਦ ਕਰਦਾ ਆ ਪਰ ਨਾਮ ਮਦਦ ਤਾਂ ਕਰਦਾ ਜਦੋਂ ਅਸੀਂ ਨਾਮ ਨਾਲ ਪਹਿਲਾਂ ਜੁੜਦੇ ਹੁਣ ਸਪੋਜ਼ ਕਰੋ ਬੰਦੇ ਨੇ ਕੋਈ ਕੰਮ ਕਰਨਾ ਆ ਇਹਦੇ ਬਾਰੇ ਕਿਹਾ ਗਿਆ ਹੁਣ ਆਪਾਂ ਨੇ ਕੋਈ ਭਾਰ ਚੱਕਣਾ ਆ ਕਿਸੇ ਤਰੀਕੇ ਦੇ ਨਾਲ ਕੋਈ ਉਹਦੇ ਲਈ ਕੋਈ ਥੋੜੇ ਬੋਤੇ ਮਸਲ ਪਾਵਰ ਹੋਏਗੀ ਕੋਈ ਥੋੜੀ ਬੋਤੀ ਸੇਤ ਹੋਏਗੀ ਤਾਂ ਕਰ ਸਕੋਗੇ ਨਾ ਸੇਤ ਹੈ ਨਹੀਂ ਮਸਲਸ ਹੈ ਨਹੀਂ ਬੰਦਾ ਇੱਕਦਮ ਜਾ ਕੇ ਕਿਸੇ ਚੀਜ਼ ਨੂੰ ਹੈਵੀ ਨੂੰ ਲਿਫਟ ਕਰੇਗਾ ਹੋਏਗਾ ਕਿ ਡੈਫੀਨਿਟਲੀ ਕਿਤਨਾ ਕਿਤੇ ਜਿਹੜਾ ਹੈਗਾ ਆ ਉਹ ਸ਼ਰੀਰ ਉਹਨੂੰ ਮਤਲਬ ਡੈਮੇਜ ਕਰ ਲਵੇਗਾ ਕੁਝ ਨਾ ਕੋਈ ਨੁਕਸਾਨ ਕਰ ਲਵੇਗਾ ਇਹੀ ਹੁੰਦਾ ਬੰਦਾ ਮੈਂ ਸਰਲ ਪਾ ਵਿੱਚ ਬਿਆਨ ਕਰਦਾ ਹਾਂ ਮੈਨੂੰ ਕੋਈ ਪਤਾ ਨਹੀਂ ਕੰਪੈਸ਼ਨ ਕੀ ਹੁੰਦਾ ਆ ਮੇਰੀ ਸੁਰਤ ਚ ਕੋਈ ਐਮਪੈਥੀ ਦਾ ਜ਼ਿਕਰ ਮਾਤਰ ਨਹੀਂ ਹੈਗਾ ਤੇ ਮੈਂ ਕਿਸੇ ਦਿਨ ਆਊਟ ਆਫ ਬਲੂ ਜਾ ਕੇ ਕਿਸੇ ਨੂੰ ਬੜੀ ਐਮਪੈਥੀ ਸ਼ੋਅ ਕਰਨ ਦੀ ਕਰਨ ਟਰਾਈ ਕਰਦਾ ਆ ਤੇ ਹੁੰਦਾ ਕੀ ਹੈ ਕੰਪੈਸ਼ਨ ਫਟੀਗ ਇੱਕਦਮ ਫਿਰ ਜਿਹੜਾ ਬਾਅਦ ਚ ਕਦੀ ਰਿਗਰੈਟ ਆਉਂਦਾ ਹੈ ਕਦੀ ਉਹ ਫੀਲਿੰਗ ਕਿਵੇਂ ਦੀ ਆਉਂਦੀ ਬੰਦਾ ਸੋਚਦਾ ਵੀ ਨਹੀਂ ਮੈਂ ਪਤਾ ਨਹੀਂ ਕਿਉਂ ਚੁੱਪ ਕਰ ਗਿਆ ਮੈਨੂੰ ਉਬਲ ਕੇ ਹੋਰ ਜਿਆਦਾ ਉਬਲਦਾ ਉਹ ਕਰ ਕਰਾ ਕੇ ਸਭ ਇਸ ਤਰ੍ਹਾਂ ਜਿਹਨੂੰ ਖੀਰ ਬਣਾ ਕੇ ਨਾ ਉਹਦੇ ਉੱਤੇ ਸਵਾਪ ਪੋਰ ਦਿੰਦਾ ਸਾਰੇ ਆਪਣੇ ਆਪ ਨੂੰ ਹੇਟ ਕਰਨਾ ਸਿਝਾਉਣਾ ਅਹਿਸਾਸਨਾ ਤਾਂ ਕਿ ਥੋੜੀ ਬਹੁਤੀ ਕਹ ਲਓ ਕਿ ਉਹ ਮਸਲ ਐਬਿਲਿਟੀ ਪੈਦਾ ਕਰ ਲੈਣੀ ਜਿਹਦੇ ਚ ਉਸ ਚੀਜ਼ ਨੂੰ ਬਰਦਾਸ਼ਤ ਕਰਨ ਦੀ ਤਾਬ ਆ ਜਾਣੀ ਇੱਥੇ ਸਾਹਿਬ ਮਹਾਰਾਜ ਨੇ ਕਿਹਾ ਨਾਮ ਨਿਰੰਜਨ ਨੀਰ ਨਰਾਇਣ ਮਨੁੱਖਾਂ ਵਾਸਤੇ ਜਿਹੜਾ ਆਪਣੇ ਮਤ ਤੇ ਮਨ ਨੂੰ ਧੋਣ ਵਾਲਾ ਨੀਰ ਹੈ ਨਾ ਉਹ ਨਿਰੰਜਨ ਨਾਮ ਹੈ ਜਿਹੜਾ ਆਪ ਬਿਲਕੁਲ ਮੈਲ ਰਹਿਤ ਹੈ ਫਿਰ ਦੀ ਸਰਲ ਮਿਸਾਲ ਕਰ ਦਿੰਦਾ ਹਾਂ ਫਲੋਰ ਬਿਲਕੁਲ ਗੰਦਾ ਆ ਉਸ ਨੂੰ ਸਾਫ਼ ਕਰਨ ਵਾਲਾ ਮੱਪ ਤੇ ਮੱਪ ਵਾਲਾ ਪਾਣੀ ਬਿਲਕੁਲ ਸਾਫ਼ ਚਾਹੀਦਾ ਜੇ ਉਹ ਮੱਪ ਤੇ ਮੱਪ ਵਾਲਾ ਪਾਣੀ ਗੰਦਾ ਹੋਏਗਾ ਫਲੋਰ ਸਾਫ਼ ਵੀ ਹੋਇਆ ਤੇ ਹੋਰ ਗੰਦਾ ਹੋ ਜਾਏਗਾ ਜੇ ਥੋੜਾ ਗੰਦਾ ਤੇ ਹੋਰ ਗੰਦਾ ਹੋ ਜਾਏ ਜਿਸਨੂੰ ਆਪਾਂ ਹੁਕਮਨਾਮੇ ਤੇ ਬਚਨ ਵਿਚਾਰ ਰਹੇ ਸੀ ਕਿਆ ਬਗ ਬਪੂੜਾ ਛਪੜੀ ਨਾਏ ਕੀਚੜ ਡੂਬੇ ਮਹਿਲ ਨਾ ਜਾਏ ਉਹ ਬਲਕੇ ਹੋਰ ਚਿੱਕੜ ਖਿਲਰ ਗਿਆ ਹੋਰ ਜੜੀ ਅਲਾਮਤ ਬਣ ਗਈ ਫਿਰ ਜਦੋਂ ਕੋਈ ਮਾਪ ਕੇ ਤੇ ਕੀਤਾ ਜਾਏ ਫਲੋਰ ਜਿਆਦਾ ਗੰਦਾ ਓ ਥੋੜੀ ਦੇਰ ਬਾਅਦ ਪਾਣੀ ਬਦਲਿਆ ਜਾਂਦਾ ਮਾਪ ਨੂੰ ਤੋਤਾ ਜਾਂਦਾ ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਮੱਪ ਤੇ ਮੱਪ ਦਾ ਨੀਰ ਨਿਰਮਲ ਦੇ ਦਿੱਤਾ। ਕਿਹਾ ਜਿੰਨਾ ਮਰਜੀ ਫੇਰ ਇਹ ਪੋਚਾ ਤੇ ਨਹੀਂ ਮੈਲਾ ਹੋਏਗਾ। ਇਹ ਤੇ ਤੇਰੇ ਅੰਦਰ ਨੂੰ ਸਫਾਈ ਕਰਨ ਵਾਲਾ ਜਿਹੜਾ ਸ਼ਬਦ ਦੇ ਦਿੱਤਾ ਹੈ ਨਾ ਇਹ ਤੇ ਬਿਲਕੁਲ پاک ਪਵਿੱਤਰ ਹੈ। ਪਰ ਹਾਂ ਤੈਨੂੰ ਭਈ ਇਹ ਐਕਟੀਵਿਟੀ ਜ਼ਰੂਰ ਕਰਨੀ ਪਾਏਗੀ। ਤੂੰ ਕਹੇਂ ਭੀ ਫਲੋਰ ਨਾ ਬਸ ਸਾਫ਼ ਹੋ ਜੇ ਤੇ ਮੈਂ ਮੈਂ ਇਹਨੂੰ ਮੱਪ ਨਾ ਕਰਨਾ ਪਾ। ਮੈਂ ਆਈ ਡੋਨਟ ਵਾਂਟ ਟੂ ਡੂ ਵੈਕਿਊਮ ਬਟ ਸਟਿਲ ਆਈ ਵਾਂਟ ਵੈਰੀ ਕਲੀਨ ਐਂਡ ਟਾਈਡੀ ਕਾਰਪਟ ਵੈਰੀ ਐਕਚੁਅਲੀ ਨੀਟ ਕਲੀਨ ਸਪੇਸ ਪਈ ਐਵੇਂ ਨਹੀਂ ਹੋਏਗਾ ਉਹਦੇ ਲਈ ਤੇ ਤੈਨੂੰ ਐਫਰਟ ਪਾਉਣੀ ਪਏਗੀ ਉਹਦੇ ਲਈ ਤੇ ਪੋਚਾ ਲਾਉਣਾ ਪਏਗਾ ਤੇ ਉਸ ਪੋਚੇ ਨੂੰ ਉਸ ਪਾਣੀ ਨੂੰ ਉਸ ਨੀਰ ਨੂੰ ਬਾਬਾ ਜੀ ਨੇ ਇੱਥੇ ਬਿਆਨ ਕੀਤਾ ਨਾਮ ਨਿਰੰਜਨ ਨਿਰੰਜਨ ਅੰਜਨ ਰਹਿਤ ਐਸੀ ਸਿੱਖਿਆ ਐਸੀ ਸੋਚ ਅਦਰਵਾਇਜ਼ ਸੌਰੀ ਟੂ ਸੇ ਅਸੀਂ ਸਾਰੇ ਥਾਟਸ ਪਰਸੀਵ ਵੀ ਕਰਦੇ ਆ ਮੈਨੀਫੈਸਟ ਵੀ ਕਰਦੇ ਆ ਪ੍ਰੋਸੈਸ ਵੀ ਕਰਦੇ ਆ ਐਗਜ਼ੀਕਿਊਟ ਵੀ ਕਰਦੇ ਆ ਵੀ ਡੂ ਆਲ ਆਲ ਆਫ ਅਸ ਐਕਚੁਅਲੀ ਵੀ ਹੈਵ ਥਿਸ ਕਾਈਂਡ ਆਫ ਐਕਟੀਵਿਟੀ ਔਨ एवरीडे ਬੇਸਿਸ ਉਹ ਡਿਪੈਂਡ ਕਰਦਾ ਸਾਡੇ ਐਡਵਾਈਜ਼ਰ ਕੌਣ ਨੇ ਮੈਨੂੰ ਕੋਈ ਚੀਜ਼ ਸਿੱਖਿਆ ਦੇ ਰੂਪ ਵਿੱਚ ਚਾਹੀਦੀ ਹੈ ਮੈਂ ਕਿਸੇ ਕੋ-ਵਰਕਰ ਕੋਲ ਜਾਣਾ ਵਾਂ ਮੈਂ ਕਿਸੇ ਫਰੈਂਡ ਨੂੰ ਕਾਲ ਕਰਦਾ ਮੈਂ ਕਿਸੇ ਆਲੇ ਦੁਆਲੇ ਦੀ ਕੰਪਨੀ ਵਿੱਚੋਂ ਜਿੱਥੇ ਮੇਰੀ ਸਾਂਝਾ ਉੱਥੋਂ ਥਾਟ ਲੈਣਾ ਉੱਥੇ ਥਾਟ ਦੇਣਾ ਇਸ ਰੂਪ ਵਿੱਚ ਸ਼ੇਅਰਿੰਗ ਕਰਦਾ ਥਾਟਸ ਦੀ ਉੱਥੋਂ ਥਾਟਸ ਐਵੇਂ ਦੇ ਮਿਲਦੇ ਪੁੱਛਾ ਤੈਨੂੰ ਉਸਨੇ ਇੱਕ ਵਾਰੀ ਮਾੜਾ ਕਿਹਾ ਨਾ ਬਿਲਕੁਲ ਠੀਕ ਹੈ ਹੁਣ ਐਟਲਿਸਟ ਪੰਜ ਵਾਰੀ ਤੂੰ ਮਾੜਾ ਕਹੇ ਗੱਲ ਬਣ ਗਈ ਅੱਛਾ ਇਸ ਤਰੀਕੇ ਨਾਲ ਹੋਇਆ ਬਈ ਬੜਾ ਬੁਰਾ ਹੋਇਆ ਬੜੇ ਭੜੇ ਲੋਕ ਨੇ ਇਸ ਤੋਂ ਮਾੜੇ ਤੇ ਲੋਕ ਹੀ ਨਹੀਂ ਹੋ ਸਕਦੇ ਇਸ ਕਰਕੇ ਤੇ ਬਿਲਕੁਲ ਇਹੀ ਸਾਰਾ ਕੁਝ ਚੱਲ ਰਿਹਾ ਸਾਡੇ ਅੰਦਰ। ਇਹੀ ਸਾਡੇ ਮੈਂਟਰ ਨੇ ਇਹੀ ਸਾਡੇ ਐਕਚੁਅਲ ਲੈਵਲ ਤੇ ਕਿਹਾ ਜਾਏ ਤੇ ਸਾਨੂੰ ਲੀਡ ਕਰਨ ਵਾਲੇ ਨੇ। ਜੇ ਗੁਰੂ ਲੀਡ ਕਰਨ ਵਾਲਾ ਜੇ ਗੁਰੂ ਮੈਂਟਰ ਆ ਤੇ ਫਿਰ ਗੁਰੂ ਤੇ ਕਹਿੰਦਾ ਕੋਈ ਨਾ ਬੁਰੇ ਦਾ ਪਲਾ ਕਰ। ਵਧ ਅਗੇ। ਚਿੱਕੜ ਨੂੰ ਚਿੱਕੜ ਨਾਲ ਥੋੜਾ ਸਾਫ਼ ਕਰੇਗਾ ਚਿੱਕੜ ਨੂੰ ਪਾਣੀ ਨਾਲ ਸਾਫ਼ ਕਰੇਗਾ। ਅਪਵਿੱਤਰਤਾ ਕਦੀ ਅਪਵਿੱਤਰਤਾ ਨਾਲ ਧੁੱਪਦੀ ਪਵਿੱਤਰਤਾ ਨਾਲ ਧੁੱਪਦੀ ਹੈ ਕਦੀ ਵੀ ਨਾਪਾਕ ਨੂੰ ਨਾਪਾਕ ਨਾਲ ਨਹੀਂ ਕਟਿਆ ਜਾ ਸਕਦਾ ਉਥੇ پاک ਪਵਿੱਤਰ ਵਿਹਾਰ ਕਰਨਾ ਪੈਂਦਾ ਆ ਜਿਵੇਂ ਸਾਦੇ ਸ਼ਿਕ ਸਾਦੀ ਦੇ ਲਿਖਿਆ ਬਚਨ ਜਿਵੇਂ ਮੈਂ ਪੁਲੇਖਾ ਨਹੀਂ ਖਾਂਦਾ ਤੇ ਉਹ ਇਹੋ ਜਿਹੇ ਛੋਟੀਆਂ-ਛੋਟੀਆਂ ਕਹਾਣੀਆਂ ਨੁਮਾ ਚੀਜ਼ਾਂ ਲਿਖਦਾ ਲਿਖਦਾ ਕਿ ਕੱਚਾ ਰਾਹ ਆ ਉਹਦੇ ਦੋਨਾਂ ਪਾਸੇ ਬਹੁਤ ਗਾਰਾ ਹੋਇਆ ਹੈ ਹੱਬ ਨੂੰ ਪਤਾ ਹੋਵੇਗਾ ਬਰਸਾਤੀ ਦਿਨਾਂ ਦੇ ਵਿੱਚ ਜਦੋਂ ਕੱਚੇ ਰਸਤੇ ਹੁੰਦੇ ਸੀਗੇ ਤੇ ਪਸ਼ੂ ਗੱਡੇ ਰੱਥ ਘੋੜੇ ਲੋਕੀ ਕੱਢਦੇ ਹੁੰਦੇ ਸੀ ਤੇ ਜਿੱਥੋਂ ਕਢਣਾ ਲਗਾਤਾਰ ਉਧਰੋਂ ਮੀਂਹ ਪੈ ਰਿਹਾ ਆ ਉਧਰੋਂ ਲਗਾਤਾਰ ਉਧਰੋਂ ਪਸ਼ੂ ਨੰਗ ਰਹੇ ਆ ਚਿੱਕੜ ਹੋ ਜਾਏਗਾ ਗਾਬ ਹੋ ਜਾਏਗੀ ਬਹੁਤ ਸਾਰੀ ਰਹਾਾਂ ਦੇ ਉੱਤੇ ਪਹਿਆਂ ਦੇ ਉੱਤੇ ਬਹੁਤ ਸਾਰਾ ਗਾਰਾ ਹੋ ਜਾਂਦਾ ਗਾਬ ਹੋ ਜਾਂਦੀ ਪਰ ਵਿਚ ਵਿਚਾਲੇ ਮਨੁੱਖਾਂ ਨੇ ਆਪਣੇ ਤੁਰਨ ਵਾਸਤੇ ਕੋਈ ਨਾ ਕੋਈ ਪਗਡੰਡੀ ਲੱਭ ਲਈ ਹੁੰਦੀ ਉਹਦੇ ਉੱਤੇ ਲੋਕ ਲਗਾਤਾਰ ਪੈਰ ਰੱਖ ਰੱਖ ਕੇ ਤੁਰਦੇ ਉਹ ਜਗ੍ਹਾ ਡਾਢੀ ਹੋ ਜਾਂਦੀ। ਮੀਂਹ ਪੈਂਦੇ ਦੇ ਵਿੱਚ ਵੀ ਉੱਚੀ ਤੇ ਡਾਢੀ ਹੋਣ ਕਰਕੇ ਉੱਥੇ ਗਾਰਾ ਨਾ ਹੁੰਦਾ। ਲੋਕ ਉਸ ਤਰੀਕੇ ਨਾਲ ਉਹਨਾਂ ਵੱਟਾਂ ਪਗਡੰਡੀਆਂ ਤੇ ਤੁਰਦੇ। ਹੁਣ ਕੀ ਹੋਇਆ ਕਿ ਸ਼ੇਖ ਸਾਦੀ ਲਿਖਦਾ ਕਿ ਮੈਂ ਤੁਰਿਆ ਆ ਰਿਹਾ ਉਸ ਪਗਡੰਡੀ ਦੇ ਉੱਤੇ ਤੇ ਸਾਹਮਣੇ ਤੋਂ ਇੱਕ ਸ਼ਖਸ ਹੋਰ ਤੁਰਿਆ ਆਉਂਦਾ ਮੇਰੇ ਬਿਲਕੁਲ ਸਾਹਮਣੇ। ਪਿੱਛੇ ਉਹਦੇ ਕੋਲ ਕੋਈ ਜਗ੍ਹਾ ਹੈ ਜਿੱਥੇ ਉਹ ਰੁੱਕ ਕੇ ਮੈਨੂੰ ਪਾਸ ਕਰਾ ਸਕਦਾ ਮੈਂ ਸੋਚਿਆ ਉਹ ਰੁਕੇਗਾ ਪਾਸ ਕਰਵਾ ਦੇਗਾ ਉਹ ਰੁਕਿਆ ਨਹੀਂ ਬਲਕੇ ਅੱਗੇ ਆ ਗਿਆ ਪਿੱਛੇ ਮੇਰੇ ਕੋਲ ਕੋਈ ਜਗ੍ਹਾ ਹੈ ਨਹੀਂ ਉਹਨੂੰ ਪਾਸ ਕਰਵਾਉਣ ਵਾਸਤੇ ਹੁਣ ਦੋਨੋਂ ਇਕ ਜਣੇ ਨੇ ਗਾਰੇ ਦੇ ਵਿੱਚ ਜ਼ਰੂਰ ਡਿੱਗਣਾ ਆ ਜਿਸ ਤਰੀਕੇ ਦੀ ਹਾਲਾਤ ਬਣ ਗਏ ਨੇ ਖੈਰ ਉਹ ਮੇਰੇ ਵੱਲ ਦੇਖ ਕੇ ਤੇ ਕਹਿੰਦਾ ਵੀ ਮੈਂ ਕਿਸੇ ਵੀ ਦੁਸ਼ਟ ਆਦਮੀ ਨੂੰ ਸੁੱਕੀ ਥਾਂ ਤੋਂ ਨੰਗਣ ਦਿੰਦਾ ਆਪਣੇ ਸਾਹਮਣੇ ਮੈਂ ਦੁਸ਼ਟ ਦੀ ਜਗ੍ਹਾ ਜਿਹੜੀ ਹੈਗੀ ਏ ਬਿਲਕੁਲ ਉਸ ਸੁੱਕੀ ਜਗ੍ਹਾ ਤੇ ਨਹੀਂ ਵੇਖਣਾ ਚਾਹੁੰਦਾ ਉਸ ਰੂਪ ਦੇ ਅੰਦਰ ਜਿਵੇਂ ਉਹਨੇ ਇਹ ਬਾਤ ਕਹੀ ਸੇਖ ਸਾਦੀ ਰਾਈਟ ਵੇ ਗਾਰੇ ਵਿੱਚ ਉਤਰ ਗਿਆ ਕਹਿਣ ਲੱਗਾ ਜੀ ਤੁਸੀਂ ਤੇ ਕਿਸੇ ਦੁਸ਼ਟ ਨੂੰ ਕਦੀ ਨੰਗਣ ਨਹੀਂ ਦਿੰਦੇ ਸੁੱਕੀ ਜਗਾ ਤੋਂ ਪਰ ਮੈਂ ਚਾਹੁੰਨਾ ਇਹੋ ਜੇ ਦੁਸ਼ਟ ਹਮੇਸ਼ਾ ਸੁੱਕੀ ਥਾਂ ਤੋਂ ਨੰਗਣ ਉਹਨਾਂ ਦਾ ਪੈਰ ਗਾਰੇ 'ਚ ਪੈ ਹੀ ਨਾ ਗੋ ਅੱਗੇ ਵਧੋ ਜਾਓ ਮੁਰਾਦ ਇਹ ਕਿ ਕਿਸੇ ਨੂੰ ਤੁਸੀਂ ਵਿਹਾਰ ਨਾਲ ਜਿੱਤੋਗੇ ਅਸੀਂ ਕਿਸੇ ਨੂੰ ਆਪਣੇ ਕਿਰਦਾਰ ਦੀ ਉਸ ਰਮਜ ਨਾਲ ਜਿਹੜਾ ਹੈਗਾ ਕੁਝ ਸ਼ੀਸ਼ਾ ਵਿਖਾਓਗੇ ਇਹ ਜਿਹੜਾ ਪੇਸ਼ੈਂਸ ਆ ਇਹ ਜਿਹੜੀ ਵਿਜ਼ਡਮ ਆ ਇਹ ਸਾਰੀ ਨਾਮ ਦਿੰਦਾ ਹੈ ਨਾਮ ਵਸੇਗਾ ਇਨ ਟਾਈਮ ਜਦੋਂ ਲੋਡ ਪਏਗੀ ਐਕਸਰਸਾਈਜ਼ ਕਰ ਸਕੋਗੇ ਨਹੀਂ ਹੋਏਗਾ ਫਿਰ ਤੇ ਭਾਈ ਜਿਵੇਂ ਦਾ ਸੰਸਾਰ ਹੈ ਮਾਰੋ ਮਾਰ ਵਾਲਾ ਟਿਟਫਟ ਟੈਟ ਜੈਸੇ ਕੋ ਤੈਸਾ ਟਿੱਟ ਦਾ ਜਵਾਬ ਪੱਥਰ ਨਾਲ ਚੱਲੇ ਚੱਲੋ ਤੇ ਇਹ ਕਰਦਾ ਕਰਦਾ ਬੰਦਾ ਬਸ ਹਰ ਤੇ ਨੰਗ ਜਾਏਗਾ ਹਰ ਜਗ੍ਹਾ ਦੇ ਉੱਤੇ ਸਾਬ ਨੇ ਕਿਹਾ ਨਾਮ ਨਿਰੰਜਨ ਨੀਰ ਨਰਾਇਣ ਠੀਕ ਹੈ ਮਹਾਰਾਜ ਇਹ ਪਾਣੀ ਹੈ ਮਨ ਨੂੰ ਧੋਣ ਵਾਸਤੇ ਸਾਡੇ ਬਣ ਦੀ ਮਹਿਲ ਲਾਉਣ ਵਾਲਾ ਇਹ ਸਾਧਨ ਹੈ ਰਸਨਾ ਸਿਮਰਤ ਪਾਪ ਬਿਲਾਇਣ ਪਾਪ ਬਿਲਾਇਣ ਬਿਲਾਇਣ ਹੁੰਦਾ ਕੋਈ ਚੀਜ਼ ਬਿਲਾ ਜਾਣੀ ਮੀਨ ਕਿਸੇ ਚੀਜ਼ ਤੋਂ ਸਾਡਾ ਖਿਹੜਾ ਛੁੱਟ ਜਾਣਾ ਸਾਡਾ ਸਾਡਾ ਪਿੱਛਾ ਛੁੱਟ ਜਾਣਾ ਆਪਾਂ ਦੇਖੀਏ ਫਲੂਆਂਜਾ ਦਾ ਸੀਜ਼ਨ ਚੱਲ ਰਿਹਾ ਹੈਗਾ ਕੋਵਿਡ-19 ਦੇ ਡਿਫਰੈਂਟ ਡਿਫਰੈਂਟ ਜਿਹੜੇ ਨੇ ਉਹਦੇ ਵੇਰੀਐਂਟਸ ਅਸੀਂ ਦੇਖ ਰਹੇ ਹੈਗੇ ਹਾਂ ਆ ਰਹੇ ਨੇ ਤੇ ਇਹ ਸਾਰੇ ਦੇ ਅੰਦਰ ਬੰਦਾ ਕਿਵੇਂ ਪਿੱਛਾ ਛਡਾਏ ਤੋ ਜੀ ਭਈ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰੋ ਭਈ ਆਪਣੇ ਆਪ ਨੂੰ ਸੁਪੋਜ਼ ਜਿਨ੍ਹਾਂ ਲੋਕਾਂ ਨੂੰ ਕਿਤੇ ਇੱਕ ਵਾਰੀ ਕੋਈ ਜੇ ਕਿਤੇ ਫਲੂਆਂਜਾ ਹੋ ਗਿਆ ਜਾਂ ਕਿਤੇ ਕੋਵਿਡ-19 ਹੋ ਗਿਆ ਤੋ ਉਸ ਤੋਂ ਬਾਅਦ ਇਮਿਊਨਿਟੀ ਜਿਹੜੀ ਹੈ ਉਹ ਨਾਲ ਲੜਨ ਦੇ ਸਮਰੱਥ ਹੋ ਗਈ ਹੁਣ ਉਹ ਜੇ ਸੈਟਿੰਗ ਵਿੱਚ ਵੀ ਤੁਰਿਆ ਫਿਰਦਾ ਆਲੇ ਦੁਆਲੇ ਕੋ ਥੋੜਾ ਬੋਤਾ ਉਹ ਜੇ ਕੋਈ ਰੂਪ ਵੀ ਆ ਜਾਂਦਾ ਬਾਡੀ ਲੜ ਲੈਂਦੀ ਨਾਲ ਮਤਲਬ ਚੀਜ਼ ਬਿਲਾ ਗਈ ਚੀਜ਼ ਦਾ ਪ੍ਰਭਾਵ ਖਤਮ ਹੋ ਗਿਆ ਜੇ ਉਹ ਚੀਜ਼ ਉਸ ਰੂਪ ਵਿੱਚ ਨਹੀਂ ਹੋਏਗੀ ਇਮਿਊਨਿਟੀ ਉਸ ਲੈਵਲ ਤੇ ਨਹੀਂ ਹੋਏਗੀ ਡੈਫੀਨਿਟਲੀ ਉਹ ਆਪ ਸਾਨੂੰ ਉਸੇ ਵਕਤ ਸੱਟ ਲਏਗੀ ਉਸੇ ਵਕਤ ਸਾਡੇ ਉੱਤੇ ਪ੍ਰਭਾਵ ਪਾ ਲੇਗੀ ਇਹ ਜੇ ਬਿਨ ਸੰਸਾਰ ਸਮਾਜ ਦੇ ਵਿੱਚ ਆ ਚੀਜ਼ਾਂ ਨੂੰ ਦੇਖੀਏ ਪਰਖੀਏ ਗੋਖੀਏ ਤੇ ਸੋਚ ਨੂੰ ਆਪਣੇ ਨੂੰ ਉੱਚਿਆਂ ਚੁੱਕੀਏ ਆਪਾਂ ਸੰਗਤ ਕਰਦੇ ਆ ਗੁਰ ਇਤਿਹਾਸ ਪੜ੍ਹਦੇ ਆ ਮਹਾਪੁਰਖਾਂ ਦੀਆਂ ਬਾਤਾਂ ਪੜ੍ਹਦੇ ਆ ਸਿਆਣਿਆਂ ਦੇ ਬਚਨ ਪੜ੍ਹਦੇ ਆ ਤਾਂ ਕਿ ਸਾਡਾ ਡਾਈਜੈਸਟਿਕ ਸਿਸਟਮ ਜਿਹੜਾ ਆ ਮਨ ਦਾ ਉਹ ਤਗੜਾ ਹੋ ਸਕੇ ਨਹੀਂ ਤੇ ਛੋਟੀ ਛੋਟੀਆਂ ਗੱਲਾਂ ਪਿੱਛੇ ਲੋਕ ਜਿਹੜੇ ਨੇ ਉਹ ਕਬਰਾ ਜਾਂਦੇ ਡਰ ਜਾਂਦੇ ਫਿਕਰਮੰਦ ਹੋ ਜਾਂਦੇ ਮੈਨੂੰ ਯਾਦ ਆ ਆਲਮੋਸਟ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੇ ਆ ਨਵਾਂ ਅੰਦਰ ਜੀਵਨ ਵਿੱਚ ਧਾਰਨ ਕਰਦੇ ਆ ਬੱਚੇ ਨੂੰ ਸਕੂਲਸ ਪੜਨ ਲਈ ਭੇਜਿਆ ਸਮ ਹਾਉ ਵਿਦਆਉਟ ਸੁਪਰਵਾਈਜ਼ਨ ਇੱਕ ਬੱਚਾ ਆਇਆ ਜਿੰਨੇ ਕਦੀ ਘਰ ਤੋਂ ਬਾਹਰ ਇੱਕ ਦਿਨ ਰਾਤ ਨਹੀਂ guzari ਕਿਤੇ ਸਲੀਪ ਓਵਰ ਨਹੀਂ ਕੀਤਾ ਉਹਨ ਇੱਕਦਮ ਹੋ ਕਿਤੇ ਇਸ ਤਰੀਕੇ ਨਾਲ ਵੱਖਰੀ ਜਗ੍ਹਾ ਤੇ ਰੈਜ਼ੀਡੈਂਟ ਕਰ ਰਿਹਾ ਆ ਉੱਥੇ ਰਹਿ ਰਿਹਾ ਆ ਉੱਥੇ ਪੜ ਰਿਹਾ ਆ ਤੇ ਹੈਵੀ ਬਡੀ ਉਹ ਮਤਲਬ ਦੁਰਾਡੇ ਜਗਾ ਆ ਤੇ ਪੋਸਿਬਿਲਿਟੀ ਹੈ ਬੜੀ ਵਨਰੇਬਿਲਿਟੀ ਹੋਏਗੀ ਬੱਚੇ ਦੀ ਤੇ ਉਹ ਇਸ ਕਿਸਮ ਦੇ ਕੁਝ ਕਮਕਾਰ ਹੋ ਗਏ ਹਸਪੀਟਲਾਈਜ਼ ਹੋ ਗਿਆ ਮਾਪੇ ਨੂੰ ਹਸਪੀਟਲ ਤੋਂ ਕਾਲ ਆਈ ਤੇ ਤੁਹਾਡਾ ਬੱਚਾ ਜਿਹੜਾ ਹੈਗਾ ਓਵਰ ਡਰਿੰਕ ਹੋਣ ਕਰਕੇ ਤੇ ਉਹ ਇਸ ਤਰੀਕੇ ਨਾਲ ਚਾਰਜ ਹੋਇਆ ਹਸਪੀਟਲਾਈਜ਼ ਕੀਤਾ ਗਿਆ ਡੀਟੌਕਸੀਫਿਕੇਸ਼ਨ ਪ੍ਰੋਸੈਸ ਚਲ ਰਹੀ ਆ ਸਾਰੀ ਚੀਜ਼ ਹੋਈ ਇੱਕਦਮ ਸ਼ੌਕ ਲੱਗਾ ਆਖੀ ਬਣ ਗਿਆ ਓਏ ਹੋਏ 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 ਹੁਣ ਕਈ ਵਾਰੀ ਸਾਡਾ ਇਹ ਵੀ ਹੁੰਦਾ ਹੈ ਕਿ ਇੱਕਦਮ ਸੀ ਮੈਂ ਬੇਨਤੀ ਕੀਤੀ ਵੀ ਉਸ ਡਰ ਵਿੱਚੋਂ ਮਾਂ ਤੇ ਕਹਿੰਦੀ ਚਲੋ ਬਾਪ ਕਹਿੰਦਾ ਬਸ ਖਬਰਦਾਰ ਤੈਨੂੰ ਕਿਹਾ ਸੀਗਾ ਫਿਰ ਉਹਨੂੰ ਤੇ ਨਾ ਭੇਜ ਤੂੰ ਭੇਜ ਤਾਂ ਇੱਕ ਗੱਲ ਬਸ ਮੈਂ ਰਾਈਟ ਸਿੱਧ ਹੋ ਗਿਆ ਵੀ ਗਲਤ ਹੋਏਗਾ ਦੂਜੇ ਨੰਬਰ ਤੇ ਉਹਨੂੰ ਕਿਹਾ ਸੀਗਾ ਵੀ ਤੂੰ ਬਿਲਕੁਲ ਕੋਈ ਗਲਤ ਕੰਮ ਨਹੀਂ ਕਰਨਾ ਉਹਨੇ ਕਰਤਾ ਨਾਉ ਗੇਮ ਇਜ਼ ਓਵਰ ਉਹ ਸਾਡਾ ਕੁਝ ਨਹੀਂ ਲੱਗਦਾ ਸੀ ਉਹਦੇ ਕੁਝ ਨਹੀਂ ਲੱਗਦੇ ਨਿਬੜਿਆ ਕੰਮ ਮਾਂ ਵਿਚਾਰੀ ਵਿੱਚ ਵਿਚਾਲੇ ਕੀ ਕੀਤਾ ਜਾਏ ਬੁੜੀ ਮੁਸੀਬਤ ਬਣ ਗਈ ਸਮ ਹਾਉ ਮੈਨੂੰ ਕਾਲ ਕੀਤੀ ਕਹਿੰ ਲਗੇ ਭਾਈ ਸਾਹਿਬ ਆ ਗੱਲ ਆ ਗਈ ਠੀਕ ਹੈ ਮੈਂ ਮੇਰੇ ਕੋਲ ਆ ਜਾਓ ਕਹਿੰਦੇ ਜੀ ਉਹ ਤੇ ਉਹਨੂੰ ਤੇ ਮੈਂ ਦੱਸਿਆ ਵੀ ਨਹੀਂ ਇਹਦੇ ਮਤਲਬ ਹਸਬੰਡ ਨੂੰ ਵੀ ਮੈਂ ਤੁਹਾਨੂੰ ਕਾਲ ਕਰ ਰਹੀ ਹਾਂ ਉਹ ਤੇ ਦੱਸਿਆ ਤਾਂ ਬੜੀ ਲੜਾਈ ਹੋਏਗੀ ਮੈਂ ਜੀ ਕੋਈ ਨਾ ਜੀ ਹੁਣ ਹੁੰਦੀ ਹੈ ਤੇ ਹੋਏ ਹੋਰ ਕੀ ਹੋ ਸਕਦਾ ਹੁਣ ਤੁਸੀਂ ਤੇ ਮੈਨੂੰ ਕਾਲ ਕਰ ਹੀ ਦਿੱਤੀ ਨਾ ਦੱਸ ਦਿਓ ਉਹਨੂੰ ਲੜੇਗਾ ਥੋੜਾ ਬਹੁਤਾ ਹੋਰ ਕੀ ਉਹਨੂੰ ਕਿਉਂ ਭਾਈ ਸਾਹਿਬ ਕਹਿੰਦੇ ਮੇਰਾ ਗੱਲ ਜਰੂਰ ਕਰ ਲੈ ਖੈਰ ਉਹ ਦੱਸਿਆ ਫਿਰ ਵੀ ਤੇਨੇ ਚਲੋ ਕੋਈ ਨਾ ਭਾਈ ਸਾਹਿਬ ਨੇ ਕਿਹਾ ਚਲੇ ਜਾਂਦੇ ਆ ਅੱਗੇ ਮੇਰੇ ਕੋਲ ਤੈਨ ਨਗਰੀ ਦਸਤਾ ਨੇ ਸਾਰਾ ਕੁਝ ਇਸ ਤਰੀਕੇ ਨਾਲ ਮੈਂ ਕਿਹਾ ਕੋਈ ਨਾ ਤੁਹਾਡਾ ਗੁੱਸਾ ਜਾਇਜ਼ ਆ ਸਭ ਬਿਲਕੁਲ ਠੀਕ ਆ ਬਟ ਮੇਰੇ ਆਖੇ ਲੱਗੋਗੇ ਥੋੜਾ ਜਿਆ ਕਹਿੰਦੇ ਉੱਥੇ ਜਾਣ ਲੈਣਾ ਕਿ ਆ ਜੇ ਮੈਂ ਕਿਹਾ ਹੋਰ ਮੈਂ ਤੁਹਾਨੂੰ ਕੁਝ ਹੋਰ ਕੰਮ ਵਾਸਤੇ ਥੋੜਾ ਕਹਿਣਾ ਹੈ ਪੀ ਇਹਦੇ ਹੈ ਨਹੀਂਗਾ ਕਿ ਮੈਂ ਤੁਹਾਨੂੰ ਕੁਝ ਕਿਸੇ ਹੋਰ ਮੇਰੇ ਮੇਰੇ ਕੋਲ ਪਰਸਨਲ ਕੰਮ ਕਰਨ ਵਾਲਾ ਹੈ ਨਹੀਂਗਾ ਕੰਮ ਤੇ ਹੀ ਮੈਂ ਤੁਹਾਨੂੰ ਕਹਿਣਾ ਕਿ ਉਥੇ ਜਾਓ ਉਹ ਜਾਣਾ ਕਿਵੇਂ ਇਹ ਮੈਂ ਤੁਹਾਨੂੰ ਦੱਸਣਾ ਤੇ ਉਹਨੂੰ ਤੁਸੀਂ ਫੋਲੋ ਕਰਨਾ ਅੱਛਾ ਜੀ ਦੱਸੋ ਕਿਵੇਂ ਮੈਂ ਕਹੇ ਜੋ ਉਹਨੂੰ ਜਾ ਕੇ ਤੁਸੀਂ ਜਾਂਦਿਆਂ ਨਾਲ ਕੋਈ ਸਵਾਲ ਉਸ ਤਰੀਕੇ ਨਾਲ ਤੁਹਾਡੇ ਮਨ ਦੇ ਵਲਵਲੇ ਨੇ ਜੋ ਤੁਹਾਡੇ ਅੰਦਰ ਫਰਸਟ੍ਰੇਸ਼ਨ ਹੋ ਸਾਰੀ ਨਾ ਉਹਦੇ ਤੇ ਕੱਢ ਆ ਜੇ ਉਹਨੂੰ ਜਾ ਕੇ ਪੁੱਛਿਆ ਜੀ ਬੇਟਾ ਤੂੰ ਠੀਕ ਹੈ ਘਬਰਾ ਨਾ ਗਲਤੀਆਂ ਸਾਰੇ ਕਰਦੇ ਨੇ ਤੇ ਤੂੰ ਡੈਫੀਨਿਟਲੀ ਜਾਣ ਕੇ ਹੋਈ ਅਣਜਾਣੇ ਹੋਈ ਕਿਸੇ ਤਰੀਕੇ ਦੇ ਨਾਲ ਜਿਵੇਂ ਤੇਰਾ ਮਨ ਹੋਏ ਹੋਵੇ ਤੂੰ ਸ਼ੇਅਰ ਕਰ ਲੈ ਹੁਣ ਕਰ ਲਈ ਬਾਤ ਕਰ ਲਈ ਕੋਈ ਗੱਲ ਨਹੀਂ ਪਹਿਲਾਂ ਇੱਥੋਂ ਜਿਹੜਾ ਪ੍ਰੋਪਰਲੀ ਕਰਦੇ ਉਸ ਤੋਂ ਬਾਅਦ ਅਸੀਂ ਜਦੋਂ ਤੂੰ ਠੀਕ ਫੀਲ ਕਰੇਗਾ ਉਦੋਂ ਆਪਾਂ ਆਰਾਮ ਨਾਲ ਬੈਠ ਕੇ ਗੱਲ ਕਰਾਂਗੇ ਇਹ ਕਹਿ ਕੇ ਤੇ ਤੁਸੀਂ ਉਹਦਾ ਜਿਹੜੀ ਜਗ੍ਹਾ ਹੈ ਉੱਥੇ ਚਲੇ ਜਾਓ ਹੋਟਲ ਠਹਿਰਨਾ ਹੋਟਲ ਠਹਿਰਨਾ ਕਦੋ ਦਿਨ ਠਹਿਰਿਓ ਆਪਣੇ ਆਪ ਜਿਹੜੀ ਬਾਤ ਦੱਸੇਗਾ ਸਾਰੀ ਬਾਤ ਨਾਲ ਲੈ ਕੇ ਫਿਰ ਮੇਰੇ ਨਾਲ ਗੱਲ ਕਰ ਲਿਓ ਖੈਰ ਜਦੋਂ ਗਏ ਜਾ ਕੇ ਉਹ ਇਸ ਤੋਂ ਪਹਿਲਾਂ ਕੀ ਆਪ ਕਹਿੰਦੇ ਉਹ ਰੋਣਾ ਸ਼ੁਰੂ ਕਰਤਾ ਉਹਨੇ ਸਾਰਾ ਕੁਝ ਖੈਰ ਫਾਦਰ ਫਿਰ ਵੀ ਮੈਨੂੰ ਬਾਅਦ ਚ ਕਾਲ ਕਰਕੇ ਕਹਿੰਦਾ ਕਹਿੰਦਾ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਿਹਾ ਤੂੰ ਗਲਤ ਸੁਣ ਗਲਤ ਸੁਣ ਲਓ ਉਹਦੀ ਐਵੇਂ ਕਿਉਂ ਕਰੀ ਜਾ ਰਹੇ ਹੋ ਤੁਸੀਂ ਖੈਰ ਅਖੀਰ ਸਾਰੀ ਬਾਤ ਦਾ ਲਬ ਲਬਾਬ ਜਿਹੜਾ ਮੈਂ ਬਿਆਨ ਕਰਨ ਲੱਗਾ ਵਾਂ ਕਬਰ ਹਟ ਕੱਟੀ ਮਾਂ ਬਾਪ ਦੀ ਖੁਸ਼ ਮਿਸਟੇਕ ਨਹੀਂ ਹੋਈ ਟਰੈਪ ਹੋਇਆ ਹੈ ਟਰੈਪ ਕੀਤਾ ਕਿਸੇ ਨੇ ਵਰਨਲੇਬਲ ਸੀਗਾ ਹੁਣ ਹੁਣ ਉਸ Trap ਤੋਂ ਬਚਣ ਵਾਸਤੇ ਇਹਨੂੰ ਸਟ੍ਰੈਟੇਜੀ ਚਾਹੀਦੀ ਹੈ ਛੱਡ ਕੇ ਆ ਜੇ there is no need to just leave it ਥਾਂ ਬਦਲ ਦਿੰਨੇ ਆ ਹੋਰ ਕੁਛ ਕਰ ਦਿੰਨੇ ਆ ਅੱਜ ਜਦੋਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਇਸ ਗੱਲ ਨੂੰ अराउंड 10 ਸਾਲ ਹੋ ਗਏ ਮੈਨੂੰ ਹੁਣ ਵੀ ਉਹ ਗਾਹਿਬ ਗਾਹਿ ਕਿਤਨੇ ਕਿਤੇ ਮੁਲਾਕਾਤ ਹੁੰਦੀ ਤੇ ਫਿਰ ਬੜਾ ਚਾਹ ਨਾਲ ਕਹਿੰਦੇ ਕਹਿੰਦੇ ਵੀ ਐਕਚੁਅਲੀ ਆ ਬਾਤ ਹੋਈ ਸੀਗੀ ਹਾਂ ਇਹਦੇ ਜਿਹੜੀ ਚੀਜ਼ ਕੰਮ ਕਰ ਰਹੀ ਹੈ ਨਾ ਬਾਬਾ ਜੀ ਦਾ ਸੀ ਜਪਤੀ ਸਾਹਿਬੇ ਪੜ੍ਹਦੇ ਆ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਅਖੀਰ ਤੇ ਕੀ ਬਾਬਾ ਜੀ ਨੇ ਪਰ ਇਹ ਨਾਮ ਦੀ ਮਹਿਮਾ ਗੁਨਾ ਦੀ ਮਹਿਮਾ ਆ ਜਿਦ ਕਿ ਜੱਤ ਪਹਾਰਾ ਧੀਰਜ ਸੁਨਿਆਰ ਧੀਰਜ ਪੇਸ਼ੈਂਸ ਟونز ਆਫ ਟونز ਆਫ ਪੇਸ਼ੈਂਸ ਇਹੀ ਹੈ ਇਹ ਪਾਪ ਆ ਕਿ ਤੁਸੀਂ ਕਿਸੇ ਦੀ ਗਲਤੀ ਨੂੰ ਸੁਧਾਰਨ ਦਾ ਉਹਨੂੰ ਮੌਕਾ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਲੋੜ ਦੇ ਵਿੱਚ ਉਹਦੀ ਮਦਦ ਨਹੀਂ ਕਰਦੇ ਪਾਪ ਆ ਤੁਹਾਡੀ ਜਿਹੜੀ ਪੋਜੀਸ਼ਨ ਕੁਦਰਤ ਨੇ ਤੁਹਾਨੂੰ ਦਿੱਤੀ ਜ਼ਿੰਮੇਵਾਰੀ ਦਿੱਤੀ ਤੁਸੀਂ ਉਹ ਜ਼ਿੰਮੇਵਾਰੀ ਪ੍ਰੋਪਰ ਨਹੀਂ ਨਿਭਾਉਂਦੇ ਇਹ ਪਾਪ ਆ ਰੱਬ ਐਸੇ ਪਾਪ ਤੋਂ ਬਚਾਏ ਸਾਨੂੰ ਕਿਵੇਂ ਬਚਾਏ ਜੇ ਅਸੀਂ ਨਾਮ ਦੇ ਧਾਰੀ ਹੋਈਏ ਤੇ ਮਹਾਰਾਜ ਨੇ ਕਿਹਾ ਰਸਨਾ ਸਿਮਰਤ ਪਾਪ ਬੁਲਾਉਣ ਜੇ ਰਸਨਾ ਇਹੋ ਜੇ ਵਿਚਾਰਾਂ ਸੋਚਾਂ ਦੀ ਸਮ੍ਰਿਤੀ ਕਰੇਗੀ ਮੈਂ बोल के ਤੁਹਾਨੂੰ ਦੱਸ ਰਿਹਾ ਤੁਸੀਂ ਸੁਣ ਰਹੇ ਹੋ ਮੈਂ ਹੁਣ ਤੁਹਾਡੇ ਵਾਸਤੇ ਬੋਲ ਰਿਹਾ ਠੀਕ ਹੈ ਜੀ ਪਰ ਜੇ ਮੈਂ ਇਹੀ ਸਭ ਕੁਝ ਆਪਣੇ ਵਾਸਤੇ ਬੋਲਾਂ ਮੇਰਾ ਮਨ ਜਿਆਦਾ ਸੁਨੇਗਾ ਜੋ ਤੁਸੀਂ ਸੁਣ ਰਹੇ ਹੋ ਆਪਣੇ ਵਾਸਤੇ ਬੋਲੋਗੇ ਤੁਹਾਡਾ ਮਨ ਜਿਆਦਾ ਸੁਨੇਗਾ ਪਰ ਕਿਵੇਂ ਸੁਣਾਈਏ ਬਾਬਾ ਜੀ ਨੇ ਕਹ ਬਾਣੀ ਪੜਿਆ ਕਰ ਰਸਨਾ ਇਹ ਨਾਮ ਜਪਣਾ ਹੈ ਰਸਨਾ ਗੁਣ ਗੋਪਾਲ ਨਿਦ ਗਾਇਨ ਸ਼ਾਂਤ ਸਹਿਜ ਰਸਮਨ ਉਪਜੋ ਸਗਲੇ ਸਗਲੇ ਦੁੱਖ ਪਲਾਇਣ ਇੱਥੇ ਕਿਹਾ ਬਿਲਾਇਣ ਉਥੇ ਕਿਹਾ ਪਲਾਇਣ ਪਲਾਇਣ ਮੀਨ ਮਾਈਗ੍ਰੇਟ ਕਰ ਜਾਣਾ ਰਹਿੰਦੇ ਸੀ ਕਦੀ ਦੁੱਖ ਰਹਿੰਦੀਆਂ ਸੀ ਸੋਚਾਂ ਕਦੀ ਉਸ ਤਰੀਕੇ ਨਾਲ ਹੁਣ ਉਹ ਹੁਣ ਉਹ ਡੇਰਾ ਚੁੱਕ ਗਏ ਨੇ ਹੁਣ ਕਦ ਦਰਸ਼ਨ ਹੀ ਨਹੀਂ ਹੋਏ ਉਹਨਾਂ ਦੇ ਕਦੀ ਦਿਸੇ ਹੀ ਨਹੀਂ ਜਿਹੜੀਆਂ ਵਿਚਾਰਾਂ ਫਿਕਰਮੰਦਗੀਆਂ ਕਰੋਧਾ ਬਿਰਤੀਆਂ ਰਹਿੰਦੀਆਂ ਸੀ ਪਹਿਲਾਂ ਹੁਣ ਹੁਣ ਉਹ ਬਿਲਾ ਗਈਆਂ ਨੇ ਜੀ ਉਹਨਾਂ ਮੁੱਕ ਗਈਆਂ ਨੇ ਇਸ ਕਿਸਮ ਦਾ ਰਹਾਉ ਦਾ ਬੰਧਿਆ ਅਗਲੇ ਫਰਦਰ ਬਚਨ ਚ ਦੀ ਸਾਰੀ ਵਿਆਖਿਆ ਮੌਜੂਦ ਆ ਜਿਹਦੀ ਵਿਚਾਰ ਆਉਂਦੇ ਸਮੇਂ ਚ ਕਰਾਂਗੇ ਅੱਜ ਵਾਸਤੇ ਹੁਣ ਸਮਾਪਤਿਆ ਭੁੱਲਾਂ ਗਲਤੀਆਂ ਨਾ ਚਤਾਰਨੀਆਂ ਜੀ ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ